ਜੀ ਬਟਾਲਾ ਦੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਜਾ ਕੇ ਪ੍ਰੋਗਰਾਮ ਕਰ ਰਹੇ ਹੋ ਜਾਂ ਤੁਸੀਂ ਪ੍ਰੈਸ ਕਾਨਫਰੰਸ ਜੋ ਸਾਡਾ ਸਹਿਯੋਗ ਦੇ ਰਹੇ ਹੋ ਉਹਦੇ ਵਾਸਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਜੋ ਸਾਡਾ ਮੈਸੇਜ ਆ ਜਾਂ ਜੋ ਅਸੀਂ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਆਏ ਹਾਂ ਉਹਨੂੰ ਤੁਸੀਂ ਘਰ ਘਰ ਤੱਕ ਪਹੁੰਚਾ ਰਹੇ ਹੋ ਇਸ ਵਾਸਤੇ ਤੁਹਾਡਾ ਤਹਿ ਦਿਲ ਤੋਂ ਹਾਂਜੀ। ਅਸੀਂ ਸੰਗਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਹਾਂ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀ ਆ ਜਾਂ ਸਾਡੇ 'ਤੇ ਜ਼ੁਲਮ ਸਿੱਧ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕਿਸੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਗਤਾਂ 'ਚ ਲੈ ਕੇ ਜਾ ਰਹੇ। ਔਰ ਦੂਸਰਾ ਇੱਕ ਅਸੀਂ 19 ਤਰੀਕ ਨੂੰ ਇਕੱਤਰਤਾ ਕਰ ਰਹੇ ਹਾਂ ਉਹਦੇ 'ਚ ਵੀ ਇਹ ਸਾਰੇ ਮਸਲਿਆਂ 'ਤੇ ਵਿਚਾਰ ਕੀਤੀ ਜਾਣੀ ਹੈ ਅਤੇ ਇੱਕ ਅਸੀਂ ਹਰ ਜ਼ਿਲ੍ਹੇ 'ਚ ਜਾ ਰਹੇ ਹਾਂ ਹਰ ਕਸਬੇ ਜਾ ਰਹੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜਗ 'ਚ ਬਹੁਤ ਘੱਟ ਰੁਝਾਨ ਆ ਉਹਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਸਾਰਿਆਂ 'ਚ ਦੁਬਾਰਾ ਉਹਨਾਂ 'ਚ ਉਹਨਾਂ ਦੀ ਜ਼ਿੰਮੇਵਾਰੀ ਦਾ ਉਹਨੂੰ ਅਹਿਸਾਸ ਕਰਾ ਕੇ ਅਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹਦੀ ਯੋਗ ਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਅਤੇ ਉਹ ਜਦੋਂ ਆਉਣ ਵਾਲੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਅਤੇ ਉਹਦੇ 'ਚ ਉਹ ਆਪਣਾ ਭਾਗ ਲਵੇ। ਅਸੀਂ ਜੀ ਬਾਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਜੋ ਉੱਥੇ ਪੰਥਕ ਇਕੱਤਰਤਾ ਕਰ ਰਹੇ ਹਾਂ ਅਤੇ ਉਹਦੇ 'ਚ ਇਹ ਹੀ ਮਸਲੇ ਵਿਚਾਰੇ ਜਾਣੇ ਨੇ ਜਿਹੜੀ ਪੰਜਾਬ ਨਾਲ ਜਾਂ ਪੰਥ ਨਾਲ ਸੰਬੰਧਿਤ ਆ ਜੋ ਬੰਦੀ ਸਿੰਘਾਂ ਦਾ ਵਾ ਬੇਅਦਬੀ ਦਾ ਮਾਮਲਾ ਵਾ ਨੌਜਵਾਨੀ ਦਾ ਨਸ਼ਿਆਂ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ MSP ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ 'ਚ ਜਿਹੜੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਾਂ ਸ਼ਖਸ਼ੀਤਾਂ ਅਜੇ ਅਸੀਂ ਤਕਰੀਬਨ ਸਾਰੀਆਂ ਨੇ ਮੇਨ ਸ਼ਖਸ਼ੀਤਾਂ ਨੂੰ ਸੱਦਾ ਓਪਨਲੀ ਤਾਂ ਸਾਰਿਆਂ ਨੂੰ ਦਿੱਤਾ ਅਜੇ ਅਸੀਂ ਉਹਦੀ ਪਰਮਿਸ਼ਨ ਅੱਜ ਸ਼ਾਇਦ ਹੋ ਜਾਊਗੀ ਅਤੇ ਉਹ ਤੋਂ ਬਾਅਦ 'ਚ ਅਸੀਂ ਸਿੱਧਾ ਜਿਹੜਾ ਕਿ ਇਹ ਜੀ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰ ਦਿਨਾ ਹੋਣਾ ਉਹਨਾਂ ਦਾ ਉਹਨਾਂ ਧਿਰਾਂ ਨਾਲ ਮਿਲੇ ਹੋਣਾ ਜਿੱਦਾਂ ਬੇਅਦਬੀ ਦਾ ਕਾਂਡ ਹੀ ਲਾ ਲਓ ਜੀ ਹੁਣ ਦੇਖੋ ਬੜੇ ਬੜੇ ਖੁਲਾਸੇ ਹੋ ਰਹੇ ਕਿ ਜਿਨ੍ਹਾਂ ਨੇ ਸਾਨੂੰ ਇਨਸਾਫ਼ ਦੇ ਲੈ ਕੇ ਦੇਣਾ ਸੀ ਉਹੀ ਉਹਨਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਮੇਰੇ ਖਿਆਲ ਕਿ ਸਾਨੂੰ ਇਨਸਾਫ਼ ਮਿਲ ਸਕਦਾ ਸੀ ਇਹ ਹੁਣ ਅਸੀਂ ਇਹ ਸੰਗਤਾਂ 'ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਗਤਾਂ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ਼ ਵਾਸਤੇ ਅਤੇ ਤਾਂ ਹੀ ਸਾਡਾ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ MP ਚੁਣਿਆ ਕਿ ਸਾਡੇ ਹਲਕੇ ਦੇ ਮੁੱਦੇ ਉਠਾ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਆਜ਼ਾਦੀ ਨਹੀਂ ਮਿਲੀ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਦੇਖੋ ਜੀ ਇੱਕ ਭਾਰਤ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਧੱਕੇਸ਼ਾਹੀ ਜਾਂ ਬੇਇਨਸਾਫੀ ਆ ਕਿ ਐਡੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ 'ਚੋਂ ਸਭ ਤੋਂ ਵੱਧ ਬਹੁਮਤ ਨਾਲ ਜਿੱਤੇ ਹੋਏ ਆਦਮੀ ਨੂੰ ਤੁਸੀਂ ਜਿੱਥੇ ਲੋਕ ਇੰਨਾ ਵਿਸ਼ਵਾਸ ਕਰ ਰਹੇ ਆ ਉਹਨੂੰ ਤੁਸੀਂ ਅੰਦਰ ਰੱਖ ਰਹੇ ਹੋ ਅਤੇ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਕਾਰਨ ਆ ਇਹ ਸਰਕਾਰੀ ਤੰਤਰ ਲੋਕਤੰਤਰ 'ਤੇ ਆ ਰਹੀ ਹੈ ਅਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ 'ਚ ਇਸ ਗੱਲ ਦਾ ਵੀ ਬਹੁਤ ਵੱਡਾ ਰੋਸ ਦਿਨੋਂ ਦਿਨ ਵੱਧ ਰਿਹਾ ਵੀ ਕਿਉਂ ਨਹੀਂ ਛੱਡਿਆ ਜਾ ਰਿਹਾ ਅਤੇ ਉਹਦੇ ਵਾਸਤੇ ਅਸੀਂ ਇਹ ਜਿਹੜੀ ਪੰਥਕ ਹੈ ਇਕੱਤਰਤਾ ਜਾਂ ਲੋਕ ਨਹੀਂ ਇਹ ਤਾਂ ਜੀ ਸਰਕਾਰ ਦੀ ਇੱਕ ਸਾਡੇ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤਾਂ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ 'ਤੇ ਵੀ ਧੱਕਾ ਕੀਤਾ ਅਤੇ ਜੋ ਉਹਨਾਂ ਦੇ ਤੁਸੀਂ ਇਲੀਗੇਸ਼ਨ ਲਾ ਰਹੇ ਸੀ NSAR ਵਗੈਰਾ ਲਗਾਈ ਲੋਕਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕੇ ਉਹਨਾਂ ਚੀਜ਼ਾਂ ਨਕਾਰਿਆ
ਅਤੇ ਸਰਕਾਰ ਨੂੰ ਮੇਰੇ ਖਿਆਲ ਕਿ ਆਪਣੀਆਂ ਜਿਹੜੀਆਂ ਨਾਕਾਮੀਆਂ ਸੀ ਨਸ਼ੇ ਦੇ ਖਿਲਾਫ, ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ 'ਚ ਆਈਆਂ ਸੀ, ਬਿੱਲ ਵੀ ਦਾ ਜੋ ਮਸਲੇ ਲੈ ਕੇ ਆਈਆਂ ਸੀ, ਉਹਨਾਂ 'ਚੋਂ ਇੱਕ ਵੀ ਇਹਨਾਂ ਹੱਲ ਨਹੀਂ ਕੀਤਾ। ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ। ਅਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹ 'ਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰਨ ਦੀ ਜਾਂ ਨਸ਼ੇ ਲਾਉਣ ਦੀ ਲੋੜ ਸੀਗੀ, ਪਰ ਉਹਨਾਂ ਨੇ ਅੰਮ੍ਰਿਤਪਾਲ 'ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ। ਅਤੇ ਲੋਕਾਂ ਨੇ ਉਸ ਖਿਲਾਫ ਫਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜ਼ਾਹਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ। ਹੁਣ ਸਰਕਾਰ ਅੱਗੇ ਵੀ ਉਸੇ ਰਵੱਈਏ 'ਤੇ ਅੜੀ ਪਈ ਹੈ, ਲੋਕਾਂ ਦੇ ਫਤਵੇ 'ਤੇ ਵੀ ਉਹ ਸਰਕਾਰ ਨਹੀਂ ਕਰ ਰਹੀ। ਅਤੇ ਲੋਕਾਂ ਨੂੰ ਇਸ ਚੀਜ਼ ਦੀਆਂ ਮੁਸ਼ਕਿਲਾਂ ਤਾਂ ਹੈ, ਲੋਕ ਅਜੇ ਵੀ ਸਰਕਾਰ ਦੇ ਖਿਲਾਫ ਇਹ ਚੀਜ਼ ਕਰ ਰਹੇ ਆ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ, ਬਲਜੀਤ ਸਿੰਘਾਂ ਨੂੰ ਛੱਡਿਆ ਜਾਣਾ ਚਾਹੀਦਾ, ਬਾਕੀ ਜੋ ਬਿੱਲ ਵੀ ਦਾ ਜੋ ਇਨਸਾਫ ਜੋ ਵੀ ਉਹ ਦਿਨੋਂ ਦਿਨ ਉਹਨੂੰ ਮਤਲਬ ਇਨਸਾਫ ਤੋਂ ਇਨਕਾਰ ਕਰੀ ਜਾ ਰਹੀ ਹੈ ਸਰਕਾਰ। ਉਹਦੇ ਕੁਛ ਮਸਲੇ ਇੱਥੋਂ ਪੰਜਾਬ ਤੋਂ ਚੱਕ ਕੇ ਚੰਡੀਗੜ੍ਹ 'ਚ ਲੈ ਗਏ, ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਖਿਆਲ ਹੈ ਕਿ ਜਿੱਦਾਂ ਸਾਨੂੰ ਅਜੇ ਤੱਕ 84 ਦਾ ਇਨਸਾਫ ਨਹੀਂ ਮਿਲਿਆ, ਇਹ ਵੀ ਮੇਰਾ ਖਿਆਲ ਹੈ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹ ਇਨਸਾਫ ਦੇਣ ਦੀ। ਨਹੀਂ ਜੀ, ਜ਼ਿਮਨੀ ਚੋਣ ਬਾਰੇ ਵੀ ਅੱਜ ਅਸੀਂ ਸਲਾਹ ਕਰ ਰਹੇ ਹਾਂ ਕਿ ਉਹਦੇ 'ਚ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੰਥ ਵੱਲੋਂ ਕੋਈ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ, ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਦੂਜੀਆਂ ਧਿਰਾਂ ਨਾਲ ਨਹੀਂ, ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ, ਸਾਰੀਆਂ ਧਿਰਾਂ ਨੂੰ ਮਿਲਦੇ ਹਾਂ। 19 ਤਰੀਕ ਤੋਂ ਬਾਅਦ 'ਚ ਅਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇਹ ਪੰਥਕ ਏਕਤਾ 'ਚ ਹੀ ਅਸੀਂ ਸਾਡਾ ਬਚਾਅ ਹੈ। ਸਾਡੇ ਕੋਲ ਕੋਈ ਇੱਡੀ ਪ੍ਰੋਪਰਟੀ ਇਹੋ ਜਿਹੀ ਹੈ ਨੀ ਕਿ ਜਿਹੜੀ ਕਿਹੜੀ ਪ੍ਰੋਪਰਟੀ ਦੀ ਗੱਲ, ਸਾਨੂੰ ਤੇ ਪਤਾ ਨੀ। ਹਾਂਜੀ, ਪ੍ਰੋਪਰਟੀ ਤੇ ਕੋਈ ਇੱਦਾਂ ਦੀ ਕੋਈ ਅਸੀਂ ਗੁਪਤ ਰੱਖੀ ਨੀ ਕਿ ਹਾਂ ਕਿ ਜਿਹੜੀ ਪ੍ਰੋਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੁੱਕਾ ਹੀ ਆ ਜਿਹੜਾ ਰਿਹਾਈ ਵਾਸਤੇ ਜੀ, ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਅਸੀਂ ਸੰਗਤਾਂ 'ਚ ਲੈ ਕੇ ਜਾ ਰਹੇ ਹਾਂ ਮਸਲਾ। ਬਾਕੀ ਜੋ ਇਹ ਵੀ ਜਿਹੜੀ 19 ਤਰੀਕ ਦੀ ਇਕੱਤਰਤਾ ਅਸੀਂ 2 ਮਹੀਨੇ ਸਰਕਾਰ ਨੂੰ ਦਿੱਤੇ ਕਿ ਸ਼ਾਇਦ ਉਹਨਾਂ ਦੇ ਕੋਈ ਜ਼ਮੀਰ ਜਾਗ ਪਏ, ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ, ਅਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ। ਪਰ ਸਰਕਾਰ ਦੀ ਅਜੇ ਵੀ ਕੋਈ ਇਹੋ ਜਿਹੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ, ਇਸ ਕਰਕੇ ਹੁਣ 19 ਤਰੀਕ ਦੀ ਇਕੱਤਰਤਾ ਵੀ ਆ। ਬਾਕੀ ਕੋਰਟ 'ਚ ਵੀ ਇਹ ਮੈਟਰ ਆ, ਅਤੇ ਉਮੀਦ ਹੈ ਕਿ ਜਲਦੀ ਮਸਲਾ ਆ ਜਾਊ। ਡਿਬਰੂਗੜ੍ਹ ਉਹਦੇ ਚਾਚਾ ਜੀ ਜਾਣਗੇ 1-2 ਦਿਨ 'ਚ, ਅਤੇ ਉਹਨਾਂ ਨਾਲ ਮੁਲਾਕਾਤ ਕਰਨਗੇ। ਜੋ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਆ ਜਾਂ ਉਹਨਾਂ ਨਾਲ ਕੋਈ ਸਲਾਹ ਗਿਣਤੀ ਕਰਕੇ ਅਸੀਂ ਨਹੀਂ, ਉਹਨਾਂ ਨੂੰ ਇਕੱਲਿਆਂ ਨੂੰ ਛਡਾਉਣ ਦਾ ਮਸਲਾ ਨਹੀਂਗਾ ਜੀ। ਉਹ ਇਹ ਚੀਜ਼ ਹੈ ਕਿ ਇਹ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀ ਹੋਣੀ ਉਹਦਾ ਕੋਈ ਨਾ ਕੋਈ ਇਨਸਾਫ ਹੋ। ਜੋ 30-35 ਸਾਲ ਤੋਂ ਸਾਡੇ ਬੰਦੀ ਸਿੰਘ ਆ, ਬੇਅਦਬੀ ਦਾ ਮਾਮਲਾ ਵਾ, ਨੌਜਵਾਨੀ ਨਸ਼ਿਆਂ 'ਚ ਰੋਜ਼ ਦਿਹਾੜੀ, ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ 'ਤੇ। ਅੰਮ੍ਰਿਤਪਾਲ ਨੂੰ ਤਾਂ ਛੱਡੋ, ਬਾਕੀ ਮਸਲਿਆਂ 'ਤੇ ਵੀ ਜਿਹੜਾ ਕਿ ਰੋਜ਼ ਦਿਹਾੜੀ ਦਿਨ ਦਿਹਾੜੇ ਕਤਲ ਹੋ ਰਹੇ ਆ, ਫਰੌਤੀਆਂ ਮੰਗੀਆਂ ਜਾ ਰਹੀਆਂ, ਸਰਕਾਰ 'ਤੇ ਇੱਕ ਨਾਕਾਮ ਹੋਈ ਪਈ ਹੈ। ਇਹ ਸਾਰੀਆਂ ਚੀਜ਼ਾਂ 'ਤੇ ਵਿਚਾਰਨ ਦੀ ਸਾਨੂੰ ਲੋੜ ਆ ਕਿ ਸਾਡੇ
ਮੱਥੇ 'ਤੇ ਬਹੁਤ ਵੱਡਾ ਕਲੰਕ ਆ, ਜੇ ਉਹ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਤੀਆਂ ਦਾ ਦੌਰ ਆ ਜਾਂ ਇਹ ਚੀਜ਼ਾਂ ਹੋ ਰਹੀਆਂ, ਇਹ ਮਤਲਬ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰਨ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ। ਅਸੀਂ ਸਰਕਾਰਾਂ ਦਾ ਦੋਸ਼ ਕੱਢ ਦਿੰਦੇ ਹਾਂ ਕਿ ਪੰਜਾਬ 'ਚ ਨਸ਼ਾ ਵੱਧ ਰਿਹਾ, ਨੌਜਵਾਨ ਹੀ ਨਸ਼ੇ 'ਚ ਗਿਰ ਰਹੀ ਆ, ਪਰ ਜੇ ਗੱਲ ਕੀਤੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਫਿਰ ਉੱਚ ਕੋਟੀ ਦੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ, ਉਹ ਕਿੰਨਾ ਕੁ ਉਪਰਾਲਾ ਕਰ ਰਹੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ, ਉਹਨਾਂ 'ਤੇ ਕੁਛ ਗਲਤ ਬੰਦੇ ਕਾਬਜ਼ ਹੋ ਗਏ, ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ। ਜੇ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਸੀ, ਸ਼੍ਰੋਮਣੀ ਕਮੇਟੀ ਸੀ, ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਉਣਦੀ ਉਹਨਾਂ ਨੂੰ, ਅਤੇ ਉਹ 'ਤੇ ਕੰਮ ਕਰਦੀ, ਅਤੇ ਮੇਰਾ ਖਿਆਲ ਨਾ ਤਾਂ ਨਸ਼ਾ ਹੀ ਆ ਸਕਦਾ ਸੀ, ਨਾ ਪਤਿਤਪੁਣਾ ਹੋ ਸਕਦਾ, ਨਾ ਧਰਮ ਪਰਿਵਰਤਨ ਹੋ ਸਕਦਾ ਸੀ। ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ ਵਜ੍ਹਾ ਨਾਲ ਹੀ ਸਭ ਕੁਛ ਇਹ ਹੋਇਆ, ਕਿ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ, ਉਹ ਸਾਡੇ ਅਕਾਲ ਤਖਤ ਦੀ ਆਨ ਸ਼ਾਨ ਸੀ, ਉਹ ਉਹਦੇ ਵਿਕਾਰ ਨੂੰ ਵੀ ਬਹੁਤ ਨੀਵਾਂ ਕਰ ਦਿੱਤਾ ਗਿਆ। ਇਹੋ ਜਿਹੇ ਆਪਣੇ ਹੱਥ ਠੋਕ ਕੇ ਬੰਦੇ ਬਿਠਾ ਕੇ, ਉਹੋ ਜਿਹੇ ਫੈਸਲੇ ਕਰਵਾ ਕੇ, ਸੌਦੇ ਸਾਧ ਵਰਗੇ ਨੂੰ ਮਾਫ਼ੀ ਦਵਾ ਕੇ, ਇਹੋ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਹੈ ਕਿ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੁਣ ਮੌਕਾ 13-14 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ, ਤੁਸੀਂ ਹਾਂਜੀ ਇਹ ਤਾਂ ਤੁਸੀਂ ਦੇਖੋ ਨਾ ਜੀ, ਜਿਹੜੇ ਕੋਈ ਬੰਦੇ ਸਮਾਜ ਹਿੱਤ 'ਚ ਕੰਮ ਕਰ ਰਹੇ ਸੀ, ਅੰਮ੍ਰਿਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਅਤੇ ਜਾਂ ਕੋਈ ਪੱਤਰਕਾਰ ਹੀ ਲਾ ਲਓ, ਕੋਈ ਚੰਗੇ ਸੱਚ 'ਤੇ ਖੜ੍ਹਨ ਦੀ ਗੱਲ ਕਰਦਾ, ਅਤੇ ਉੱਥੇ ਵੀ ਪਰਚੇ ਧਮਕੀਆਂ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ, ਅਤੇ ਜਿਹੜੇ ਚੀਜ਼ਾਂ ਜਿਹੜੇ 'ਤੇ ਇੰਨੇ ਵੱਡੇ ਵੱਡੇ ਐਲੀਗੇਸ਼ਨ ਆ, ਰੈਪਿਸਟ ਆ, ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਜੁਰਮ ਆ, ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ, ਅਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ, ਕਿਉਂਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਊ, ਅਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ, ਰੇਪੈਸਟ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ, ਜਾਂ ਉਹਨਾਂ ਨੂੰ ਇਹ ਸਰਕਾਰ ਪੁਸਤ ਪਨਾਹੀ ਕਰ ਰਹੀ ਹੈ। ਹਾਂਜੀ ਹਰ ਫਰੰਟ 'ਤੇ ਫੇਲ ਹੈ ਜੀ। ਹੁਣ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ਼ ਕੋਈ ਕੇਸ ਚੱਲਣਾ, ਕਹਿੰਦੇ ਕਿ ਉਹਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ 2 ਸਾਲ ਤੋਂ, ਕੋਈ ਇਹੋ ਜਿਹੀਆਂ ਚੀਜ਼ਾਂ, ਅਤੇ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕਦੀ ਇਹ ਸਿੱਟ ਬਣਾ ਦਿੱਤੀ, ਕਦੀ ਉਹ ਬਣਾ ਦਿੱਤੀ, ਅਤੇ ਮਸਲਾ ਤਾਂ ਕਿਸੇ ਪਾਸੇ ਨਹੀਂ ਲੱਗ ਰਿਹਾ।